ਨਮਸਕਾਰ ਖਬਰਾਂ ਦੀਸ ਬੁਲੇਟਿਨ ਚ ਤੁਹਾਡਾ ਸਵਾਗਤ ਮੈਂ ਹਾਂ ਪ੍ਰਮੇਂਦਰ ਕੌਰ ਪਹਿਲਾਂ ਪੇਸ਼ ਨੇ ਚੋਣੀਆਂ ਖਬਰਾਂ ਭਾਰਤ ਨੇ ਸਪਸ਼ਟ ਕੀਤਾ ਹੈ ਕਿ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ ਤੋਂ ਭਾਰਤ ਅਤੇ ਚੀਨ ਵੱਲੋਂ ਫੌਜਾਂ ਪਿੱਛੇ ਹਟਾਈ ਜਾਣ ਦੀ ਪ੍ਰਕਿਰਿਆ ਜਾਰੀ ਹੈ ਦੋਹਾਂ ਦੇਸ਼ਾਂ ਵਿਚਾਲੇ ਅਗਲੀ ਕਮਾਂਡਰ ਪੱਧਰ ਦੀ ਮੀਟਿੰਗ ਦੌਰਾਨ ਸੰਵੇਦਨਸ਼ੀਲ ਇਲਾਕਿਆਂ ਦਾ ਮੁੱਦਾ ਵਿਚਾਰੇ ਜਾਣ ਦੀ ਸੰਭਾਵਨਾ ਹੈ ਭਾਰਤ ਨੇ ਪਾਕਿਸਤਾਨ ਤੇ ਕੁਮੰਤਰੀ ਪਾਈ ਚਾਰੀ ਦਾ ਧਿਆਨ ਅਤਵਾਦੀ ਪੁਸ਼ਤ ਪਨਾਈ ਦੇ ਮੁੱਦੇ ਤੋਂ ਪਟਕਾਉਣ ਦਾ ਇਲਜ਼ਾਮ ਲਗਾਇਆ ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰੀਆਲ ਨੇ ਕਿਹਾ ਕਿ ਨਵੀਂ ਕੌਮੀ ਸਿੱਖਿਆ ਨੀਤੀ ਨਾਲ ਸਿੱਖਿਆ ਖੇਤਰ ਵਿੱਚ ਵੱਡੀ ਤਬਦੀਲੀ ਆਪੇਗੀ ਪਾਰ ਸਰਕਾਰ ਵੱਲੋਂ ਚਲਾਈ ਜਾ ਰਿਹਾ ਬੰਦੇ ਭਾਰਤ ਮਿਸ਼ਨ ਦਾ ਪੰਜਵਾਂ ਗੇੜ ਪਲਕ ਤੋਂ ਸ਼ੁਰੂ ਹੋਵੇਗਾ। ਪੰਜਾਬ ਸਰਕਾਰ ਨੇ ਵਰਚੁਅਲ ਐਗਰੀਟੈਕ ਕਨਕਲੀਵ ਕਰਾਉਣ ਲਈ ਭਾਰਤੀ ਸੰਨਤ ਫੈਡਰੇਸ਼ਨ ਨਾਲ ਹੱਥ ਮਿਲਾਇਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੁਫਤ ਪਲਾਜ਼ਮਾ ਦੇਣ ਦੇ ਐਲਾਨ ਤੋਂ ਬਾਅਦ ਆਪ ਨੇ ਸੁੱਬਾ ਪਦਰੀ ਪ੍ਰਦਰਸ਼ਨਾਂ ਦੇ ਸੱਦੇ ਨੂੰ ਵਾਪਸ ਲਿਆ। ਤੇ ਹੁਣ ਖਬਰਾਂ ਵਿਸਥਾਰ ਨਾਲ ਭਾਰਤ ਨੇ ਸਪਸ਼ਟ ਕੀਤਾ ਹੈ ਕਿ ਚੀਨ ਨਾਲ ਅਸਲ ਕੰਟਰੋਲ ਰੇਖਾ ਤੇ ਤਣਾਅ ਦੇ ਚੱਲਦੇ ਫੌਜਾਂ ਨੂੰ ਪਿੱਛੇ ਹਟਾਈ ਜਾਣ ਦੀ ਪ੍ਰਕਿਰਿਆ ਹਾਲੇ ਤੱਕ ਪੂਰਨ ਤੌਰ ਤੇ ਮੁਕੰਮਲ ਨਹੀਂ ਹੋਈ ਵਿਦੇਸ਼ ਮੰਤਰਾਲੇ ਦੇ ਬੁਲਾਰੀ ਅਨੁਰਾਗ ਸ਼੍ਰੀਵਾਸਤਵ ਨੇ ਨਵੀਂ ਦਿੱਲੀ ਜਾਣਕਾਰੀ ਦੰਦਿਆ ਕਿ ਅਸਲ ਕੰਟਰੋਲ ਰੇਖਾ ਤੋਂ ਦੋਵੇਂ ਦੇਸ਼ਾਂ ਨੇ ਆਪੋ ਆਪਣੀਆਂ ਫੌਜੀਆਂ ਨੂੰ ਪਿੱਛੇ ਹਟਾਉਣ ਲਈ ਕੁਝ ਕਦਮ ਉਠਾਏ ਨੇ ਉਨ੍ਹਾਂ ਕਿਹਾ ਕਿ ਦੋਹਾਂ ਦੇਸ਼ਾਂ ਦੇ ਸੀਨੀਅਰ ਕਮਾਂਡਰਾਂ ਵਿਚਾਲੇ ਹੋਣ ਵਾਲੀ ਮੀਟਿੰਗ ਦੌਰਾਨ ਇਹ ਮੁੱਦਾ ਵਿਚਾਰਿਆ ਜਾਪੇਗਾ ਸ਼੍ਰੀਵਾਸਤਵ ਨੇ ਕਿਹਾ ਕਿ ਦਵੱਲੇ ਸਬੰਧਾਂ ਦੇ ਆਧਾਰ ਤੇ ਸਰਹੱਦ ਉੱਪਰ ਸ਼ਾਂਤੀ ਅਤੇ ਸਹਿਯੋਗ ਦਾ ਮਾਹੌ तजिया जाएगा उन्होंने कहा कि भारत भी उम्मीद करता है कि चीन आपसी गलबात राही सरहद से शांति लिए कदम बधाएगा This engagement pro process has as yet not been completed. The senior commanders of the two sides will be meeting in the near future to work out steps in this regard. As we stated earlier, the maintenance of peace and tranquility in the border areas is the basis of our bilateral Therefore, we expect that the Chinese side will sincerely work with us for complete disengagement and de-escalation and full restoration of peace and tranquility in the border areas. ਕਮ ਕਾਰਜੀ ਸਮੂਦੀ 17ਵੀਂ ਮੀਟਿੰਗ ਦੌਰਾਨ ਅਸਲ ਕੰਟਰੋਲ ਤੇ ਸਥਿਤੀ ਦੀ ਸਮੀਖਿਆ ਕੀਤੀ ਗਈ ਕੋਰ ਕਮਾਂਡਰ ਪੱਧਰ ਦੀਆਂ ਪਿਛਲੀਆਂ ਮੀਟਿੰਗਾਂ ਦੌਰਾਨ ਪਰ ਤੇ ਚੀਨ ਤਣਾਵਲੇ ਇਲਾਕਿਆਂ ਤੋਂ ਪਿੱਛੇ ਹਟਣ ਲਈ ਸਹਿਮਤ ਹੋਏ ਜਨ ਪਰ ਕਈ ਸੰਵੇਦਨਸ਼ੀਲ ਇਲਾਕਿਆਂ 'ਚ ਫੌਜੀਆਂ ਨੂੰ ਪਿੱਛੇ ਨਹੀਂ ਹਟਾਇਆ ਗਿਆ ਇਸ ਸਬੰਧੀ 5 ਜੁਲਾਈ ਨੂੰ ਪਰ ਦੇ ਰੱਖਿਆ ਸਲਾਹਕਰ ਜੀਤ ਦੁਬਾਲਤ ਤੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਜੀਨ ਦੇ ਵਿਚਾਲੇ ਗੱਲਬਾਤ ਹੋਈ ਸੀ ਭਾਰਤ ਨੇ ਪਾਕਿਸਤਾਨ ਤੇ ਕੁਮਾਂਤਰੀ ਪਾਈਚਾਰੀ ਦਾ ਧਿਆਨ ਅਟਵੱਧੇ ਮੁੱਦੇ ਤੋਂ ਪਟਕਾਉਣ ਦਾ ਦੋਸ਼ ਲਾਇਆ ਹੈ ਪਾਕਿਸਤਾਨ ਵੱਲੋਂ ਜੰਮੂ ਕਸ਼ਮੀਰ ਵਿੱਚੋਂ ਤਾਰਾ 370 ਹਟਾਈ ਜਾਣ ਦਾ ਇੱਕ ਸਾਲ ਮੁਕੰਮਲ ਹੋਣ ਤੇ ਰੋਸ ਪ੍ਰਦਰਸ਼ਨਾਂ ਦੀ ਯੋਜਨਾਬੰਦੀ ਕੀਤੀ ਜਾ ਰਹੀ ਹੈ ਦੇਸ਼ ਦੇ ਵਿਰੋਧ ਵਿੱਚ ਭਾਰਤ ਨੇ ਜਤਾਇਆ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਨੇ ਮੀਡੀਆ ਨਾਲ ਆਨਲਾਈਨ ਗੱਲ ਕਰਦੇ ਹਾਂ ਕਿ ਕੀ ਪਾਕਿਸਤਾਨ ਅਤਵਾਦੀ ਪਛਤ ਪਨਾਈ ਤੋਂ ਦੂਜੇ ਮੁਲਕਾਂ ਦਾ ਧਿਆਨ ਪਟਕਾ ਕੇ ਹੋਰ ਨਾਂ ਵਿਸ਼ਿਆਂ ਤੇ ਕੇਂਦ੍ਰਿਤ ਕਰਨਾ ਚਾਹੁੰਦਾ ਹੈ ਉਨ੍ਹਾਂ ਕਿਹਾ ਕਿ ਅਗਲੇ ਹਫਤੇ ਤਾਰਾ 370 ਨੂੰ ਹਟਾਈ ਜਾਣ ਦੀ ਬਰੇ ਗੰਡ ਮੋਕੇ ਗੁਆਂਟੀ ਦੇਸ਼ ਪਾਕਿਸਤਾਨ ਰੋਜ਼ ਪ੍ਰਦਰਸ਼ਨ ਕਰਕੇ ਕੁਮਾਂਤਰੀ ਪਦਰਤੇ ਤੇ ਅਨਖੇਚਨਾ ਚਾਹੁੰਦਾ ਹੈ ਉਹਨਾਂ ਸਪਸ਼ਟ ਕੀਤਾ ਹੈ ਕਿ 5 ਅਗਸਤ ਨੂੰ ਜੰਮੂ ਕਸ਼ਮੀਰ ਵਿੱਚੋਂ ਤਾਰਾ 370 ਨੂੰ ਹਟਾਇਆ ਜਾਣਾ ਭਾਰਤ ਦੀ ਇਤਿਹਾਸਕ ਦਿਨ ਹੈ ਦੇਸ਼ ਨਾਲ ਜੰਮੂ ਕਸ਼ਮੀਰ ਅਤੇ ਲਦਾਖ ਦੇ ਸਮੁੱਚੇ ਵਿਕਾਸ ਦੀਆਂ ਰੁਕਾਵਟਾਂ ਦੂਰ ਹੋਈਆਂ ਨੇ ਇਸ ਦੌਰਾਨ ਭਾਰਤ ਤੇ ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਸਾਬਕਾ 9 ਸੈਨਾ ਅਧਿਕਾਰੀ ਕੁਲਪੂਸ਼ਨ ਜਾਦਵ ਦੀ ਰੱਖਿਆ ਤਵੀ ਭਰੋਸਾ ਦਿੱਤਾ ਹੈ ਮੁਲਾਰੇ ਨੇ ਦੱਸਿਆ ਕਿ ਇਸ ਮੰਦੀ ਪਾਕਿਸਤਾਨੀ ਸਰਕਾਰ ਬੁਲਵੇ Islamabad ਹਾਈ ਕੋਰਟਸ ਸਮੀਖਿਆ ਪਟੀਸ਼ਨ ਤੇ ਨਵਾਈਲੀ ਬੈਂਚ ਸਥਾਪਿਤ ਕੀਤਾ ਗਿਆ ਜਿਸ ਨਾਲ ਪਾਕਿਸਤਾਨ ਕੁਲਪੂਸ਼ਣ ਜਾਦਵਲੀ ਕਾਨੂੰਨੀ ਰਸਤੇ ਬੰਦ ਕਰਨਾ ਚਾਹੁੰਦਾ ਹੈ ਪਾਕਿਸਤਾਨ ਸਰਕਾਰ ਵੱਲੋਂ ਇਹ ਵੀ ਦਾਅਵਾ ਕੀਤਾ ਗਿਆ ਕਿ ਜਾਦਵ ਨੇ ਅਦਾਲਤ ਵਿੱਚ ਸਮੀਖਿਆ ਪਟੀਸ਼ਨ ਦਾਇਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਪਾਕਿਸਤਾਨੀ ਮੀਡੀਆ ਮੁਤਾਬਕ ਇਸਲਾਮਾਬਾਦ ਹਾਈ ਕੋਰਟ ਨੇ ਪਾਕਿਸਤਾਨ ਸਰਕਾਰ ਦੀ ਪਟੀਸ਼ਨ ਤੇ ਸੁਣਵਾਈ ਲਈ ਦੋ ਮੈਂਬਰੀ ਬੈਂਚ ਸਥਾਪਿਤ ਕੀਤਾ ਹੈ ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੁਖਰੀਆ ਨੇ ਸ਼ੰਕ ਨੇ ਕਿਹਾ ਕਿ ਨਵੀਂ ਕੌਮੀ ਸਿੱਖਿਆ ਨੀਤੀ ਸਕੂਲ ਅਤੇ ਉੱਚ ਪੱਧਰੀ ਸਿੱਖਿਆ ਪ੍ਰਣਾਲੀਆਂ 'ਚ ਮਹੱਤਵਪੂਰਨ ਬਦਲਾਅ ਲਿਆਵੇਗੀ ਨਵੀਂ ਦਿੱਲੀ 'ਚ 올 ਇੰਡੀਆ ਰੇਡੀਓ ਨਾਲ ਇੰਟਰਵਿਊ ਦੌਰਾਨ ਪੁਖਰੀਆ ਨੇ ਕਿਹਾ ਕਿ ਇਸ ਨੀਤੀ ਨਾਲ ਭਾਰਤ ਵਿਸ਼ਵ ਪੱਧਰ ਤੇ ਗਿਆਨ ਦੀ ਸੁਪਰ ਪਾਵਰ ਬਣ ਕੇ ਉਭਰੇਗਾ ਸਿੱਖਿਆ ਨੀਤੀ ਦੀਆਂ ਤਬਦੀਲੀਆਂ ਤੇ ਗੱਲ ਕਰਦੇ ਉਹਨਾਂ ਨੇ ਕਿਹਾ ਕਿ ਇਸ ਨਾਲ ਹਰੇਕ ਬੱਚੇ ਲਈ ਸਿੱਖਿਆ ਮੌਕਿਆਂ ਦੇ ਨਵੇਂ ਦਰਵਾਜ਼ੇ ਖੁੱਲਣਗੇ ਜਿਸ ਨਾਲ ਉਹਨਾਂ ਦਾ ਸੰਪੂਰਨ ਵਿਕਾਸ ਯਕੀਨੀ ਬਣੇਗਾ ਸ਼ੰਕ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ ਜੋ ਪਾਠਕ੍ਰਮ ਤੋਂ ਹਟਕੀ ਦੂਗਤਿ ਵਿਦਿਆ ਤੇ ਹੁਨਰ ਵਿਕਾਸ ਤੇ ਵਧੇਰੇ ਜ਼ੋਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਬੱਚੇ 6ਵੀਂ ਜਮਾਤ ਤੋਂ ਹੁਨਰ ਸਿੱਖ ਲਈ ਲੈ ਸਕਣਗੇ ਜਿਹੜੀ ਕਿ 12ਵੀਂ ਜਮਾਤ ਤੱਕ ਪਹੁੰਚਦੇ ਹਨ ਮੁਕੰਮਲ ਹੋਵੇਗੀ। ਉੱਚ ਸਿੱਖਿਆ ਤੇ ਗੱਲ ਕਰਦੇ ਨਿਸ਼ੰਕ ਨੇ ਕਿਹਾ ਕਿ ਅੰਤਰ ਵਿਸ਼ਾ ਸਿੱਖਿਆ ਨਾਲ ਉੱਚ ਸਿੱਖਿਆ 'ਚ ਵਧੇਰੇ ਲਚਕਤਾ ਆਵੇਗੀ। ਉਨ੍ਹਾਂ ਕਿਹਾ ਕਿ ਇਸ ਪੱਧਰ ਦੀ ਸਿੱਖਿਆ ਲਈ ਉੱਚ ਸਿੱਖਿਆ ਕਮਿਸ਼ਨ ਸਥਾਪਿਤ ਕੀਤਾ ਜਾਵੇਗਾ ਜਿਸ 'ਚ UGC ਅਤੇ ਹੋਰਨਾਂ ਸਿੱਖਿਆ ਅਥਾਰਟੀਆਂ ਨੂੰ ਸ਼ਾਮਲ ਕੀਤਾ ਜਾਵੇਗਾ। ਇਸ ਤੋਂ ਇਲਾਵਾ ਕੌਮੀ ਖੋਜ ਫਾਊਂਡੇਸ਼ਨ ਦੀ ਵੀ ਸਥਾਪਨਾ ਕੀਤੀ ਜਾਵੇਗੀ ਜਿਸ ਦਾ ਮਕਸਦ ਦੇਸ਼ਕ ਖੋਜ ਅਤੇ ਵਿਕਾਸ ਨੂੰ ਉਪਰਫੁੱਲਿਤ ਕਰਨਾ ਹੈ ਨਿਸ਼ੰਕ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ ਨਿਊ ਇੰਡੀਆ ਦੇ ਨਿਰਮਾਣ ਚ ਇੱਕ ਅਹਿਮ ਸੰਧ ਦੀ ਭੂਮਿਕਾ ਨਿਭਾਏਗੀ ਪਰ ਸਰਕਾਰ ਵੱਲੋਂ ਚੁਲਾਏ ਗਏ ਵਿੰਦੇ ਭਾਰਤ ਮਿਸ਼ਨ ਦਾ ਪੰਜਵਾਂ ਗੇੜ ਪਲਕੇ ਤੋਂ ਸ਼ੁਰੂ ਹੋ ਰਿਹਾ ਹੈ ਵਿਦੇਸ਼ ਮੰਤਰਾਲੇ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਪੰਜਵੇਂ ਗੇੜ ਤਹਿਤ ਕੁੱਲ 792 ਉਡਾਨਾਂ ਚਲਾਈਆਂ ਜਾਣਗੀਆਂ ਜਿਸ ਵਿੱਚ 692 ਕੁਮਾਂਤਰੀ ਅਤੇ 100 ਰੇਲੂ ਉਡਾਨਾਂ ਹੋਣਗੀਆਂ ਵਿੰਦੇ ਭਾਰਤ ਮਿਸ਼ਨ ਤਹਿਤ ਕੁਮਾਂਤਰੀ ਉਡਾਨਾਂ ਲਈ 23 ਦੇਸ਼ਾਂ ਦੀ ਚੋਣ ਕੀਤੀ ਗਈ ਜਿਸ ਵਿੱਚ ਖਾੜੀ ਸਹਿਯੋਗ ਪ੍ਰੀਸ਼ਦ ਦੇ ਮੁਲਕ ਅਮਰੀਕਾ ਕੈਨੇਡਾ ਯੂਕੇ ਜਰਮਨੀ ਫਰਾਂਸ ਆਸਟ੍ਰੇਲੀਆ ਚੀਨ ਅਤੇ ਹੋਰ ਵੀ ਕਈ ਦੇਸ਼ ਸ਼ਾਮਲ ਨੇ ਮੰਤਰਾਲੇ ਨੇ ਦੱਸਿਆ ਕਿ ਇਸ ਮਿਸ਼ਨ ਤਹਿਤ ਦੇਸ਼ ਪਰਦੇਈ ਕੀ ਹਵਾਈ ਅੱਡਿਆਂ ਤੋਂ ਉਡਾਨਾਂ ਨੂੰ ਸ਼ੁਰੂ ਕੀਤਾ ਜਾਪੇਗਾ ਉਨ੍ਹਾਂ ਦੱਸਿਆ ਕਿ ਮਿਸ਼ਨ ਦੇ ਪੰਜਵੇਂ ਗੇੜ ਤੈ ਤੱਕ ਕੁੱਲ 130000 ਭਾਰਤੀਆਂ ਨੂੰ ਵਤਨ ਵਾਪਸ ਲਿਆਂਦਾ ਜਾਪੇਗਾ ਮਿਸ਼ਨ ਦੇ ਪਿਛਲੇ 4 ਪੜਾਅ ਮ ਦੌਰਾਨ ਵੱਖ-ਵੱਖ ਮੁਲਕਾਂ ਤੋਂ 878921 ਭਾਰਤੀ ਨਾਗਰਿਕ ਵਤਨ ਪਰਤੇ ਨੇ ਰਾਜਸਥਾਨ ਚ ਸਿਆਸੀ ਖਿੱਚੂ ਤਾਂਦੇ ਚਲਦੇ ਹੈ ਭਾਰਤੀ ਜਨਤਾ ਪਾਰਟੀ ਦੀ ਰਾਜਸਥਾਨੀ ਕਾਇਦੇ ਪ੍ਰਦਾਨ ਸਤੀਸ਼ ਪੂਨੀਆ ਨੇ ਵਿਧਾਨ ਸਭਾ ਸਪੀਕਰ ਸੀਪੀ ਜੋਸ਼ੀ ਦੇ ਅਸਤੀਫੇ ਦੀ ਮੰਗ ਕੀਤੀ ਹੈ ਪੂਨੀਆ ਨੇ ਜੈਪੁਰ ਚ ਜਾਣਕਾਰੀ ਦਿੰਦੇ ਹੈ ਕਿ ਸਪੀਕਰ ਨੇ ਅਸ਼ੋਕ ਗਹਿਲੋਤ ਦੀ ਅਗਵਾਈ ਵਾਲੀ ਰਾਜਸਥਾਨ ਸਰਕਾਰ ਨੂੰ ਬਚਾਉਣ ਲਈ ਕੁਰਸੀ ਦੀ ਮਰਿਆਦਾ ਨੂੰ ਕਟਾਇਆ ਹੈ ਪੂਨੀਆ ਵੱਲੋਂ ਇਹ ਬਿਆਨ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇੱਕ ਕਥਿਤ ਵੀਡੀਓ ਦੇ ਚ ਵਿਚ ਵਿਧਾਨ ਸਭਾ ਸਪੀਕਰ ਸੀਪੀ ਜੋਸ਼ੀ ਅਤੇ ਮੁੱਖ ਮੰਤਰੀ ਦੇ ਪੁੱਤਰ ਵਿਭਵ ਗਹਿਲੋਤ ਆਪਸ ਵਿੱਚ ਗੱਲ ਕਰ ਰਹੇ ਨੇ ਤੋਂ ਬਾਅਦ ਆਇਆ ਹੈ ਉਨ੍ਹਾਂ ਕਿ ਕਿ ਇਸ ਗੱਲਬਾਤ ਤੋਂ ਸਪੀਕਰ ਦੀਆਂ ਸਿਆਸੀ ਛਾਵਾਂ ਦਾ ਪਤਾ ਲੱਗਦਾ ਹੈ ਪਰ ਸੰਵਿਧਾਨਕ ਅਹੁਦੇ ਤੇ ਰਹਿੰਦੇ ਆ ਅਜੇ ਹ ਰਵਈਆ ਮर्यादा ਦੇ ਉਲਟ ਹੈ ਉਨ੍ਹਾਂ ਕਿ ਇੱਕੀ ਸਪੀਕਰ ਨੂੰ ਇਸ ਵੀਡੀਓ ਕਲਿੱਪ ਦੀ ਪ੍ਰਮਾਣਿਕਤਾ ਬਾਰੇ ਸਪਸ਼ਟੀਕਰਨ ਦੇਣਾ ਚਾਹੀਦਾ ਹੈ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਇਲਜ਼ਾਮ ਲਾਇਆ ਕਿ 14 ਅਗਸਤ ਨੂੰ ਵਿਧਾਨ ਸਭਾ ਦੇ اجلاس ਦੇ ਮੱਦੇ ਨਜ਼ਰ ਵਿਧਾਇਕਾਂ ਦੀ ਖਰੀਦੋ ਫਰੋਕਤ ਹੋ ਰਹੀ ਹੈ ਗਹਿਲੋਤ ਨੇ ਅਜਿਹੀ ਕਰਵਲੀ ਬਸਪਾ ਸੁਪਰੀਮੋ ਮਹਿਮਤੀ ਤੇ ਵੀ ਨਿਸ਼ਾਨਾ ਲਾਇਆ ਹੈ ਪੰਜਾਬ ਸਰਕਾਰ ਨੇ ਅਕਤੂਬਰ ਮਹੀਨੇ ਚ ਵਰਚੁਅਲ ਐਗਰੀਟੈਕ ਕਨਕਲੀਵ ਕਰਾਉਣ ਲਈ ਭਾਰਤੀ ਸਨਤ ਫੈਡਰੇਸ਼ਨ ਨਾਲ ਹੱਥ ਮਿਲਾਇਆ ਹੈ ਫੈਡਰੇਸ਼ਨ ਦੇ ਨਵ ਨਿਯੁਕਤ ਅਧਿਕਾਰ ਅਨਲ ਵੀਡੀਓ ਕਾਨਫਰੈਂਸਿੰਗ ਰਾਹੀਂ ਗੱਲਬਾਤ ਕਰਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਗਰੀਟੈਕ ਕਨਕਲੀਵ ਲਈ ਫੈਡਰੇਸ਼ਨ ਤੋਂ ਸਹਾਇਤਾ ਤੇ ਪਾਈਪਲੀ ਦੀ ਇੱਛਾ ਦਿਟਾਈ ਮੁੱਖ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ਮੁਤਾਬਕ ਫੈਡਰੇਸ਼ਨ ਵੱਲੋਂ ਹੁਨਰ ਵਿਕਾਸ ਕਾਰੋਬਾਰ ਤੋਂ ਸੁਖਾਲੇਪਨ ਜਲ ਸੰਭਾਲ ਅਤੇ ਕਾਟੇ ਪੱਲੀਆਂ ਇਕਾਈਆਂ ਵਿੱਚੋਂ ਹਿੱਸੇਦਾਰੀ ਕੱਢਣ ਵਿੱਚ ਸੂਬਾ ਸਰਕਾਰ ਨੂੰ ਸੇਵਾਵਾਂ ਦੀ ਪੇਸ਼ਕਸ਼ ਕੀਤੀ ਗਈ ਹੈ ਹੁਨਰ ਵਿਕਾਸ ਕਰੀਅਰ ਸੈਂਟਰਾਂ ਦੇ ਵਿਕਾਸ ਦਾ ਪ੍ਰਸਤਾਵ ਰੱਖਿਆ ਗਿਆ ਕਿ ਇਸ ਲਈ ਸੂਬਾ ਸਰਕਾਰ ਇਮਾਰਤ ਮੁਹੱਈਆ ਕਰਵਾਏਗੀ ਜਦਕਿ ਉਸ ਦਾ ਕੰਮਕਾਜ ਫੈਡਰੇਸ਼ਨ ਵੱਲੋਂ ਦੇਖਿਆ ਜਾਵੇਗਾ ਮੁੱਖ ਮੰਤਰੀ ਨੇ ਫੈਡਰੇਸ਼ਨ ਦੇ ਸੁਜਮਤੀ ਅਧਿਕਾਰੀਆਂ ਨੂੰ ਫੈਡਰੇਸ਼ਨ ਦੀ ਟੀਮ ਨਾਲ ਵਿਚਾਰ ਵਟਾਂਦਰਾ ਕਰਨ ਅਤੇ ਵਿਉਂਤਬੰਦੀ ਕਰਨ ਦੇ ਨਿਰਦੇਸ਼ ਦਿੱਤੇ ਨੇ ਮੁੱਖ ਮੰਤਰੀ ਦਫ਼ਤਰ ਮੁਤਾਬਕ 16 ਤੋਂ 22 ਅਕਤੂਬਰ ਤੱਕ ਵਰਚੁਅਲ ਐਗਰੀਟੈਕ ਕਨਕਲੀਵ ਕਰਵਾਇਆ ਜਾਪੇਗਾ ਪੰਜਾਬ ਸਰਕਾਰ ਵੱਲੋਂ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਲਈ ਮੁਫਤ ਪਲਾਜ਼ਮਾ ਮੁਹੱਈਆ ਕਰਾਉਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਅੱਤ ਸੱਦੇ ਦੇ ਵਿਰੁੱਧ ਪ੍ਰਦਰਸ਼ਨ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਚੰਡੀਗੜ੍ਹ ਤੋਂ ਜਾਣਕਾਰੀ ਦਿੰਦਿਆਂ ਆਮ ਆਦਮੀ ਪਾਰਟੀ ਦੇ ਵਿਦਾਨਕਰਤੇ ਵਿਰੋਧੀ ਧਿਰ ਦੇ ਨੇਧਰਪਾਲ ਸਿੰਘ ਜੀਮਾ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਇਹ ਸਬੰਧੀ ਬਿਆਨ ਜਾਰੀ ਕਰਨ ਤੋਂ ਬਾਅਦ ਪਾਰਟੀ ਨੇ ਪ੍ਰਦਰਸ਼ਨ ਵਾਪਸ ਲੈ ਲਿਆ ਹੈ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ 26 ਜੁਲਾਈ ਨੂੰ ਜਾਰੀ ਕੀਤੇ ਗਏ ਨੋਟੀਫਿਕੇਸ਼ਨ 'ਚ ਪ੍ਰਾਈਵੇਟ ਹਸਪਤਾਲਾਂ ਨੂੰ ਪਲਾਜ਼ਮਾ ਬੈਂਕ ਵਿੱਚੋਂ ਪਲਾਜ਼ਮਾ 10000 ਰੁਪਏ فی ਯੂਨਿਟ ਦੇ ਹਿਸਾਬ ਨਾਲ ਮੁਹੱਈਆ ਤੋਂ ਬਾਅਦ ਆਪਨੇ ਸੂਬੇ ਪਰ ਚਰੂਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਾਰੀ ਨਿਰਦੇਸ਼ਾਂ ਚ ਲੋੜਵੰਦ ਕੋਵਿਡ ਮਰੀਜ਼ਾਂ ਨੂੰ ਮੁਫਤ ਪਲਾਜ਼ਮਾ ਉਪਲਬਧ ਕਰਵਾਏ ਜਾਣੂ ਯਕੀਨੀ ਬਣਾਉਣ ਲਈ ਕਿਹਾ ਗਿਆ ਉਹਨਾਂ ਇਹ ਵੀ ਕਿਹਾ ਕਿ ਪਲਾਜ਼ਮਾ ਨੂੰ ਲੈ ਕੇ ਕਿਸੇ ਵੀ ਖਰੀਦੋ-ਫਰੋਕ ਦੀ ਆਗਿਆ ਨਹੀਂ ਹੋਵੇਗੀ ਮੁੱਖ ਮੰਤਰੀ ਨੇ ਬਿਆਨ ਚ ਸਿਹਤ ਯਾਬ ਹੋਏ ਮਰੀਜ਼ਾਂ ਨੂੰ ਪਲਾਜ਼ਮਾ ਬੈਂਕਾਂ ਚ ਪਲਾਜ਼ਮਾ ਦਾਨ ਕਰਨ ਦੀ ਅਪੀਲ ਕੀਤੀ ਆਯੂਸ਼ ਮੰਤਰਾਲੇ ਨੇ ਕੌਮੀ ਆਯੂਸ਼ ਮਿਸ਼ਨ ਤਰਸਮਰਤੀ ਵੈਬ ਪੋਰਟਲ ਲਾਂਚ ਕੀਤੇ ਆਯੂਸ਼ ਮੰਤਰੀ ਸ਼੍ਰੀਪਦ ਯਸ਼ੋ ਨਾਇਕ ਨੇ ਆਯੂਸ਼ ਮਿਸ਼ਨ ਦੀ ਸਮੀਖਿਆ ਮੀਟਿੰਗ ਦੌਰਾਨ ਇਸ ਪੋਰਟਲ ਦੀ ਸ਼ੁਰੂਆਤ ਕੀਤੀ ਇਸ ਮੌਕੇ Webinar ਨੂੰ ਸੰਬੋਧਨ ਕਰਦਿਆਂ ਨਾਇਕ ਨੇ ਸੂਬਿਆਂ ਦੇ ਸਿਹਤ ਅਤੇ ਆਯੂਸ਼ ਮੰਤਰੀਆਂ ਨੂੰ ਬੁਨਿਆਦੀ ਸਿਹਤ ਸੰਭਾਲਾਂ 'ਤੇ ਤੇ ਧਿਆਨ ਕੇਂਦ੍ਰਿਤ ਕਰਨ ਦੀ ਅਪੀਲ ਕੀਤੀ ਤਾਂ ਜੋ ਲੋੜਵੰਦਾਂ ਨੂੰ ਸਮੇਂ ਸਿਰ ਤੇ ਮੁਢਲੀ ਸਹਾਇਤਾ ਦਿੱਤੀ ਜਾ ਸਕੇ ਆਯੂਸ਼ ਮੰਤਰੀ ਨੇ ਮਿਸ਼ਨ ਤਹਿਤ ਮਨਜ਼ੂਰ ਕੀਤੇ ਗੇ ਪ੍ਰੋਜੈਕਟਾਂ ਦੇ ਮੁਕੰਮਲ ਕਰਨ ਦੀ ਰਫ਼ਤਾਰ ਨੂੰ ਵਧਾਉਣ ਤੇ ਵੀ ਜ਼ੋਰ ਦਿੱਤਾ ਉਨ੍ਹਾਂ ਆਯੂਸ਼ ਸਿਹਤ ਅਤੇ ਤੰਦਰੁਸਤੀ ਕੇਂਦਰਾਂ 'ਚ ਸੇਵਾਵਾਂ ਨੂੰ ਮਜ਼ਬੂਤ ਕਰਨ ਦੀ ਗੱਲਾਂ ਕੀ ਇਸ ਵੈਬਨਾਰ ਚ ਵੱਖ-ਵੱਖ ਸੁਭਿਆ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 15 ਸਿਹਤ ਅਤੇ ਆਯੂਸ਼ ਮੰਤਰੀਆਂ ਨੇ ਭਾਗ ਲਿਆ ਤੇ ਕੌਮੀ ਆਯੂਸ਼ ਮਿਸ਼ਨ ਨੂੰ ਅਮਲੀ ਰੂਪ ਦੇਣ ਅਤੇ ਤੇਜ਼ੀ ਦੀ ਪ੍ਰਗਤੀ ਬਾਰੇ ਵਿਚਾਰ ਸਾਂਝੇ ਕੀਤੇ ਇਸ ਮੌਕੇ ਆਯੂਸ਼ ਮੰਤਰੀ ਨੇ ਸਿਹਤ ਅਤੇ ਤੰਦਰੁਸਤੀ ਕੇਂਦਰਾਂ ਦੀ ਸਥਾਪਨਾ ਲਈ ਦਸ਼ਾ ਨਿਰਦੇਸ਼ਾਂ ਤੇ ਚਾਰ ਖਰੜੇ ਵੀ ਜਾਰੀ ਕੀਤੇ ਤੇ ਇਸ ਦੇ ਨਾਲ ਹੀ ਖਬਰਾਂ ਦਾ ਬਲਟਨ ਖਤਮ ਹੋਇਆ ਨਮਸਕਾਰ